भारतीय सफाई मजदूर यूनियन की ओर से जिलाधीश कम कमिश्नर के कार्यालय का घेराव रमेश कट्टू की अध्यक्षता में किया गया, जिसमें उन्होंने रोष मार्च करते हुए उनके कार्यालय में जाकर उनकी मांगों को दोहराया और कहा कि सरकार उनसे बातचीत करने में भी कतरा रही है, जिसके चलते वे संघर्ष करने के लिए मजबूर हैं, लेकिन उनकी ओर से सेवा में किसी प्रकार की कमी नहीं हुई है, लेकिन उनके अधिकार सरकार उन्हें नहीं दे रही। ਸਫਾਈ ਮਜ਼ਦੂਰ ਯੂਨੀਅਨ ਵੱਲੋਂ ਕਈ ਵਾਰ ਡੀਸੀ ਸਾਹਿਬ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸੰਬੰਧੀ ਜਿਹੜੇ ਨੇ ਮੰਗ ਪੱਤਰ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਆਪਾਂ ਵੀ ਡਿਮਾਂਡ ਕੀਤੀ ਵੀ ਸਾਡੇ ਨਾਲ ਮੰਗਾਂ ਸੰਬੰਧੀ ਟੇਬਲ ਟਾਕ ਕੀਤੀ ਜਾਏ ਮਹੀਨੇ 'ਚ ਇੱਕ ਵਾਰੀ, ਜਿਹੜੀ ਨਾ ਉਹ ਯੂਨੀਅਨ ਦੇ ਨਾਲ ਟੇਬਲ ਟਾਕ ਕੀਤੀ ਇਹ ਮੁਲਾਜ਼ਮਾਂ ਦੀ ਮੰਗਾਂ ਸੰਬੰਧੀ, ਪਰ ਸਾਨੂੰ ਇੱਕ ਵਾਰੀ ਵੀ ਆਸ਼ਵਾਸਨ ਨਹੀਂ ਆਇਆ ਡੀਸੀ ਸਾਹਿਬ ਵੱਲੋਂ, ਨਾ ਕੋਈ ਰਿਟਰਨ 'ਚ ਆਇਆ ਕਿ ਆਪਾਂ ਤੁਹਾਡੇ ਨਾਲ ਟੇਬਲ ਟਾਕ ਕਰਨਾ ਚਾਹੁੰਦਾ। ਇਸ ਕਰਕੇ ਮੁਲਾਜ਼ਮ ਬੜਾ ਦੁਖੀ ਹੈਗਾ, ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਤਿਉਂ ਦੀ ਜੋਰੀ ਤਿਉਂ ਪਈ ਪਈਆਂ ਨੇ। ਦੂਸਰੀ ਮੰਗ ਸਾਡੀ ਵੀ ਆਪਾਂ ਬੜੀ ਜਦੋਂ ਜਾ ਤੋਂ ਬਾਅਦ ਪੰਜਾਬ ਸਰਕਾਰ ਨਾਲ ਲੜਾਈ ਲੜ ਕੇ ਆਖਿਰ ਸਫਾਈ ਸੇਵਕਾਂ ਅਤੇ ਸੀਵਰ ਮੈਨਾਂ ਜਿਹੜਾ ਉਹ ਕੰਟੈਕਟ ਕਰਨ ਵਾਸਤੇ ਸਰਕਾਰ ਨੇ ਰੈਜੂਲੇਸ਼ਨ ਪਾਸ ਕੀਤਾ ਸੀ, ਉਹਦੇ ਵਿੱਚ ਵੀ ਸਰਕਾਰ ਨੇ ਕੁੰਡੀ ਰੱਖ ਲਈ ਦੀ ਆ ਵੀ ਜਿਹੜਾ ਹੈਗਾ ਜਿਹੜੇ ਸਫਾਈ ਸੇਵਕ ਜਾਂ ਸੀਵਰ ਮੈਨ ਕੰਟੈਕਟ ਕਰਨੇ ਆ ਉਹਦੇ ਵਿੱਚ ਰਾਖਵਾਂ ਕਰਨ ਰੱਖਿਆ ਜਾਵੇ। ਉਹਦੇ ਵਿੱਚ ਸਾਰੀਆਂ ਦੂਸਰੇ ਬੰਦੇ ਆ ਰਹੇ, ਸਾਡੇ ਬੰਦੇ ਨੇ ਕਿਤੇ ਜਸਟ ਨਹੀਂ ਹੋ ਰਹੇ ਉਹਦੇ ਵਿੱਚ, ਕਿਉਂਕਿ ਰਾਖਵੇ ਕਰਨ ਦੇ ਵਿੱਚ ਜਨਰਲ ਵੀ ਆ ਰਹੇ ਨੇ, ਸਪੋਰਟਸਮੈਨ ਵੀ ਆ ਰਹੇ ਨੇ, ਐਕਸ ਸਰਵਿਸਮੈਨ ਆ ਰਹੇ, ਫਰੀਡਮ ਫਾਈਟਰ ਆ ਰਹੇ ਨੇ, ਬੈਕਵਰਡ ਕਲਾਸ ਦੇ ਆ ਰਹੇ ਨੇ, ਜਦਕਿ ਕੰਮ ਕਰਦੇ ਪਏ ਨੇ ਸਾਡੇ ਸਫਾਈ ਸੇਵਕ। 15-20 ਸਾਲ ਹੋ ਗਏ, ਸਾਰੀ ਜ਼ਿੰਦਗੀ ਦੇ ਦਿੱਤੀ ਇਹਨਾਂ ਵਿਚਾਰਿਆਂ ਨੇ ਇਸੇ ਕੰਮ ਵਾਸਤੇ ਹੀ। ਕਰੋਨਾ ਟਾਈਮ ਦੇ ਵਿੱਚ ਸਾਰੇ ਲੋਕ ਆਪਣੇ ਆਪਣੇ ਘਰਾਂ 'ਚ ਨਿਰਮਾਣ ਕਰਦੇ ਪਏ ਸਰ, ਸਾਡੇ ਮੁਲਾਜ਼ਮ ਵਿਚਾਰੇ ਬਿਨਾਂ ਮਾਸਕ ਤੋਂ, ਬਿਨਾਂ ਗਲਬ ਤੋਂ, ਬਿਨਾਂ ਕਿਸੇ ਸੇਫਟੀ ਉਪਕਰਨ ਤੋਂ ਸੜਕਾਂ 'ਤੇ ਝਾੜੂ ਮਾਰਦੇ ਸੀ, ਲੋਕਾਂ ਦਾ ਗੰਦ ਚੁੱਕਦੇ ਸੀ, ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ, ਆਪਣੇ ਬੱਚਿਆਂ ਦੇ ਵਿੱਚ ਬਿਮਾਰੀ ਲੈ ਕੇ। ਪਰ ਪਰਮਾਤਮਾ ਦਾ ਚਲੋ ਇਹਨਾਂ ਇਹਨਾਂ 'ਤੇ ਰਿਹਾ ਵਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਆਪਾਂ ਇਸ ਕਰਕੇ ਵੀ ਸਾਡੇ ਰੋਸ਼ ਵੀ ਇਹਨਾਂ ਕੁਛ ਕਰਨ ਦੇ ਬਾਵਜੂਦ ਵੀ ਸਾਨੂੰ ਜਿਹੜਾ ਇਨਸਾਫ ਨਹੀਂ ਮਿਲਦਾ ਪਿਆ। ਅਸੀਂ ਮੰਗ ਆ ਪੰਜਾਬ ਸਰਕਾਰ ਅੱਗੇ ਵੀ, ਡੀਸੀ ਸਾਹਿਬ ਅੱਗੇ ਵੀ, ਡੀਸੀ ਸਾਹਿਬ ਕਮ ਕਮਿਸ਼ਨਰ ਸਾਹਿਬ ਅੱਗੇ ਵੀ ਸਾਡੀ ਗੱਲਬਾਤ ਸੁਣੀ ਜਾਏ, ਨਹੀਂ ਤਾਂ ਇਸ ਰੋਸ਼ ਪ੍ਰਦਰਸ਼ਨ ਨੂੰ ਆਪਾਂ ਹੋਰ ਉਗਰ ਕਰਾਂਗੇ, ਜਿਹਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ। ਭਾਰਤੀ ਸਫਾਈ ਮਜ਼ਦੂਰ ਯੂਨੀਅਨ, ਸਾਡੀ ਵਾਟਰ ਸਪਲਾਈ ਯੂਨੀਅਨ, ਇਹ ਸਾਰੇ ਇੱਕ ਸਾਂਝਾ ਮੋਰਚਾ ਸਾਡਾ ਜਿਹੜਾ ਬਣਿਆ ਹੋਇਆ ਵਾ, ਔਰ ਸਾਡੇ ਮੁਲਾਜ਼ਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ। ਔਰ ਰੋਸ ਦਾ ਕਾਰਨ ਕੀ ਹੈ ਵੀ ਕਈ ਵਾਰ ਅਸੀਂ ਆਪਣੇ ਡੀਸੀ ਕੰਮ ਕਮਿਸ਼ਨ ਨੂੰ ਮੰਗ ਪੱਤਰ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਦੇ ਚੁੱਕੇ ਹਾਂ, ਪਰ ਸਾਡੇ ਜਿਹੜੇ ਕਮਿਸ਼ਨ ਸਾਹਿਬ ਵੱਲੋਂ ਕਿ ਮੰਗਾਂ ਦੇ ਕੋਈ ਕਿਸੇ ਵੀ ਮੰਗ ਦੇ ਗੌਰ ਨਹੀਂ ਜੀ ਹੋਈ। ਅੱਜ ਜਿਹੜਾ ਸਾਡਾ ਸ਼ਹਿਰਦਾਰ ਟ੍ਰੈਫਿਕ ਵਿੱਚ ਫਸਦਾ, ਇਹ ਸ਼ਹਿਰ 'ਤੇ ਸਾਡੀ ਜਿਹੜੀ ਮਜਬੂਰੀ ਆ, ਕਿਉਂ ਜਿਹੜਾ ਸਾਡਾ ਕਮਿਸ਼ਨ ਸਾਡੀ ਸੁਣਾਈ ਨਹੀਂ ਕਰਦਾ। ਇਸ ਕਰਕੇ ਅੱਜ ਆਪਾਂ ਜਿਹੜਾ ਸਾਡਾ ਸਾਰਾ ਡੈਪੂਟੇਸ਼ਨ ਸਾਡੇ ਡੀਸੀ ਕੰਮ ਕਮਿਸ਼ਨਰ ਦਾ ਘਰਾਵ ਕਰਨ ਜਾ ਰਹੇ ਹਾਂ, ਔਰ ਸਾਡੀ ਜਿਹੜੀਆਂ ਮੰਗਾਂ ਸਾਰੀਆਂ ਜਾਇਜ਼ ਹੈਗੀਆਂ। ਦੇਖੋ ਮੰਗਾਂ ਕਿਹੜੀਆਂ ਵਾ, ਜਿਹੜਾ ਔਰ ਸੋਰਸ ਆ, ਔਰ ਸੋਰਸ ਨੂੰ ਆਪਾਂ ਕਿਹਾ ਸੀ ਕੰਟੈਕਟ 'ਤੇ ਕੀਤਾ ਜਾਏ। ਕੰਟੈਕਟ 'ਤੇ ਕਰਨ ਦਾ ਕੀ ਇਹਨਾਂ ਨੇ ਸ਼ਰਤਾਂ ਹੀ ਕੀ ਰੱਖ ਲਈਆਂ, ਰੋਸਟਰ ਕਹਿੰਦੇ ਬਣਾਓ, ਰੋਸਟਰ ਦੇ ਵਿੱਚ ਕੋਈ ਵੀ ਮੁਲਾਜ਼ਮ ਸਾਡਾ ਲਿਸਟ 'ਚ ਨਾਂ ਨਹੀਂ ਆ ਰਿਹਾ। ਔਰ ਸਾਡਾ ਜਿਹੜਾ ਡਾਕਟਰ ਐਨ ਕੇ ਸਿੰਘ ਆ, ਸਾਡਾ ਜਿਹੜਾ ਕੋਈ ਵੀ ਜਾਣ ਕੇ ਜਿਹੜੀ ਸਾਡੀ ਹੱਦ ਸ਼ਾਖਾ ਦਾ ਜਿਹੜਾ ਸਾਡਾ ਅਫਸਰ ਆ, ਕੋਈ ਵੀ ਸਾਡੀ ਸਫਾਈ ਸੇਵਕਾਂ ਦੀ ਕਿਸੇ ਵੀ ਮੁਲਾਜ਼ਮ ਦੀ ਬਾਂਹ ਨਹੀਂ ਫੜਦੇ, ਨਾ ਸਾਡੇ ਨਾਲ ਟੇਬਲ ਟਾਕ ਕਰਦੇ ਆ। ਇਸ ਕਰਕੇ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਜਾਇਜ਼ ਹੈਗੀਆਂ, ਅੱਜ ਆਪਾਂ ਕਮਿਸ਼ਨ ਦਾ ਘਰਾਵ ਕਰਨ ਜਾ ਰਹੇ ਹਾਂ। ਸਰ ਇੱਕ ਮਸ਼ੀਨ ਵੀ ਆ ਗਈ ਹੈ, 2 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨ ਸ਼ਹਿਰ ਦੇ ਵਿੱਚ ਸਫਾਈ ਲਈ ਲਿਆਂਦੀ ਜਾ ਰਹੀ ਹੈ, ਦੇਖੋ ਕੀ ਕਹਿਣਾ ਉਹਦੇ ਬਾਰੇ। ਦੇਖੋ ਇਹ ਕਿਹੜਾ ਕੋਈ ਸਾਡੀ ਸਲਾਹ ਲਈ ਜਾਂਦੀ ਵੀ 2 ਕਰੋੜ ਰੁਪਏ ਦੀ ਆਈ ਹੈ, ਕਿੰਨੀ ਦੀ ਆਈ ਆ, ਇਹਦੇ ਜਿਹੜੀ ਅਫਸਰਾਂ ਦੀ ਕਮਿਸ਼ਨ ਵੀ ਹੋਣੀ ਆ, ਸਾਡੇ ਡਾਕਟਰ ਐਨ ਕੇ ਸਿੰਘ ਦੀ ਕਮਿਸ਼ਨ ਵੀ ਨਾਲ ਹੋਣੀ, ਨਾਲ ਹੋਰਨਾਂ ਦੀ ਵੀ ਹੋਣੀ। 2 ਕਰੋੜ ਰੁਪਏ ਦੀ ਜਿਹੜੀ ਮਸ਼ੀਨ ਆ, 2 ਕਰੋੜ ਦੇ 2 ਕਰੋੜ ਨਾਲ ਕਈ ਮੁਲਾਜ਼ਮ ਵਿੱਚ ਰਜਿਸਟਰ ਹੁੰਦੇ, ਮਸ਼ੀਨ ਨੇ ਕੀ ਕਰਨਾ ਸੀ। ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹ ਮਸ਼ੀਨਾਂ ਦੇ ਚੱਕਰ 'ਚ ਨਾ ਪਾਵੀ, ਜਿਹੜੇ ਸਫਾਈ ਸੇਵਕ ਆ, ਸਫਾਈ ਸੇਵਕ ਜਿਹੜੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਜਾਏ। ਜ਼ਿਲ੍ਹਾ ਪਠਾਨਕੋਟ ਦਾ ਏਕਮਾਤਰ ਮਲਟੀ ਸਪੈਸ਼ਲਿਟੀ ਹਸਪੀਟਲ ਬਾ ਕਾਲਜ 24 ਘੰਟੇ ਐਂਬੂਲੈਂਸ ਸੁਵਿਧਾ ਉਪਲਬਧ, ਡੈਡੀਕੇਟਿਡ ਕੋਰੋਨਾ ਵਾਰਡ, ਐਕਸਪੀਰੀਅੰਸਡ ਸਟਾਫ, ਵਾਈਟ ਮੈਡੀਕਲ ਕਾਲਜ ਬੁੰਗਲ ਨੀਅਰ DLM ਰਿਸੋਰਟ ਪਠਾਨਕੋਟ। फास्टवे पठानकोट की हर खबर को सोशल मीडिया पर देखने के लिए आप फास्टवे न्यूज पठानकोट के YouTube चैनल, Facebook पेज को लाइक कीजिए, Twitter और Instagram पेज को फॉलो कीजिए और फास्टवे न्यूज पठानकोट YouTube चैनल को सब्सक्राइब करना ना भूलें।